ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਨੋਵਾ ਪਰਿਮੇ ਸੰਖਿਆਵਾਂ ਮ ਅਭਿਆਸ ਨੰਬਰ 9.1 ਇਸ ਅਭਿਆਸ ਦੇ ਪਹਿਲੇ 3 ਸਵਾਲ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਤੇ ਮਗਰੋਂ ਦੀ ਇਹਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਪਹਿਲਾ ਸਵਾਲ ਹੈ ਬੱਚਿਓ ਹੇਠ ਲਿਖੀਆਂ ਸੰਖਿਆਵਾਂ ਦੇ ਤੁਲ ਦੋ ਪਰਿਮੇਯ ਸੰਖਿਆਵਾਂ ਲਿਖੋ ਹੁਣ ਬੱਚੋ ਜੇ ਲ ਤੁਲ ਸੰਖਿਆ ਲਿਖਣੀ ਹੋਵੇ ਕਿਸੇ ਵੀ ਸੰਖਿਆ ਦੀ ਪਰਿਮੇਯ ਸੰਖਿਆ ਦੀ ਤਾਂ ਕੀ ਕਰੀਦਾ ਉਹਨੂੰ ਕਿਸੇ ਵੀ ਸੰਖਿਆ ਨਾਲ 1 2 3 4 5 6 7 8 1 2 3 ਉਹਦੇ ਅੰਸ਼ ਨੂੰ ਵੀ ਗੁਣਾ ਕਰ ਦੋ ਤੇ ਉਹਦੇ ਹਰ ਨੂੰ ਵੀ ਗੁਣਾ ਕਰ ਦੋ ਕੋਈ ਵੀ ਜਿਹੜੀ ਤੁਹਾਨੂੰ ਪਸੰਦ ਹੈ ਸੋਵੇਂ ਵੱਖ-ਵੱਖ ਸੰਖਿਆਵਾਂ ਲਈਆਂ ਉਹਦੇ ਨਾਲ ਸੰਖਿਆ ਦੇ ਮੂਲ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ ਤੇ ਜਿਹੜੀ ਨਵੀਂ ਸੰਖਿਆ ਪ੍ਰਾਪਤ ਨੂੰ ਦੇਵ ਨੂੰ ਕਿਹਾ ਜਾਂਦਾ ਤੁਲ ਸੰਖਿਆ ਹੁਣ ਮੈਂ ਕੀ ਕੀਤਾ 4/5 ਨੂੰ ਉਹਨਾਂ ਨੇ ਕਿਹਾ ਦੋ ਦੋ ਸੰਖਿਆਵਾਂ ਦੱਸਣੀ ਹੈ ਸੋ ਮੈਂ ਪਹਿਲੀ ਨੂੰ ਦੋ ਨਾਲ ਗੁਣਾ ਕੀਤਾ ਤੇ ਤੀਜੀ ਦੂਜੀ ਨੂੰ ਦੋ ਨਾਲ ਗੁਣਾ ਕੀਤਾ ਤੇ ਤਿੰਨ ਨਾਲ ਗੁਣਾ ਕੀਤਾ ਸੋ ਅੰਸ਼ ਨੂੰ ਵੀ ਗੁਣਾ ਕਰ ਦੋ ਹਰ ਨੂੰ ਵੀ ਗੁਣਾ ਕਰ ਦੋ ਸੋ ਗੁਣਾ ਦੋ 2/2 ਕਰਕੇ 4 ਦੁਨੀ 8 ਤੇ 5 ਦੁਨੀ 10 ਸੋ 8/10 ਆ ਗਈ ਇੱਕ ਤੁਲ ਸੰਖਿਆ ਫਿਰ 4/5 ਨੂੰ 3/3 ਨਾਲ ਗੁਣਾ ਕਰਤਾ ਜਿੰਨੀ ਉੱਪਰ ਰੱਖਣੀ ਉੰਨੀ ਥੱਲੇ ਤੂੰ 4 ਲੈ ਲਓ 5 ਲੈ ਲਓ ਜੋ ਮਰਜ਼ੀ ਲੈ ਲਓ ਹਨਾ ਸੋ 4 3 12 12 5 3 15 ਸੋ 12 15 ਦੂਜੀ ਤੁਲ ਸੰਖਿਆ ਹੋ ਗਈ ਬੜਾ ਸੌਖਾ ਹੈ ਤੇ ਕਈ ਵਾਰ ਬੱਚੋ ਅਸੀਂ ਗਣਿਤ ਸ਼ੁਰੂ ਹੀ ਨਹੀਂ ਕਰਦੇ ਦੇਖਦੇ ਨਹੀਂ ਹੈਗੇ ਹੁਣ ਤੁਸੀਂ ਜਿਹੜੇ ਦੇਖੋ ਇਹ ਤੁਸੀਂ ਕਹੋਗੇ ਇਹ ਤਾਂ ਬੜਾ ਸੌਖਾ ਯਾਰ ਐ ਤੇ ਮੈਂ ਵੀ ਕਰ ਸਕਦਾ ਇੱਕ ਵਾਰ 2 ਨਾਲ ਗੁਣਾ ਕਰ ਦੋ ਦੂਜੀ ਵਾਰ 3 ਨਾਲ ਗੁਣਾ ਕਰ ਦੋ ਚੌਥੀ ਵਾਰ 4 ਨਾਲ ਗੁਣਾ ਕਰ ਦੋ ਹਨਾ ਤੇ ਇਦਾਂ ਕਰ ਸਕਦੇ ਹਾਂ ਦੇਖੋ ਮੈਂ ਵਲੀ ਲਈ ਹੈ ਇੱਥੇ ਮੈਂ 3 ਹੋਰ 4 ਨਾਲ ਗੁਣਾ ਕਰ ਰਿਹਾ ਦੋਰ 3 ਨਾਲ ਨਹੀਂ ਕਰ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕੋਈ ਵੀ ਸੰਖਿਆ ਲਈ ਜਾ ਸਕਦੀ ਹੈ ਸੋ -5/9 ਹੈ ਸੋ 5 3 15 ਤੇ ਘਟਾ ਦਾ ਨਿਸ਼ਾਨ ਲੱਗ ਜਾ ਘਟਾ 15/9 3 27 ਇਹ ਹੋ ਗਿਆ ਠੀਕ ਹੈ ਇੱਕ ਸੰਖਿਆ ਹੋ ਗਈ ਸੋ ਘਟਾ 5/9 ਨੂੰ 4/4 ਨਾਲ ਗੁਣਾ ਕਰਦਾ ਹੁਣ 5 4 20 ਤੇ ਘਟਾ 20 ਤੇ 9 4 36 36 ਆ ਗਿਆ ਸੋ ਘਟਾ 20/36 ਆ ਗਈ ਕਿੰਨਾ ਸੌਖਾ ਹੈ ਹੁਣ ਤੀਜੀ ਸੰਖਿਆ ਲਈ ਹੈ ਤੀਜੀ ਹੈ ਕਿ 3/ ਰਿਣਾਤਮਕ 11 ਸੋ ਉਹਨੇ 5 ਉਹ 6 ਲਿਆ ਸੋ ਗੁਣਾ 5 ਤੇ ਭਾਟਾ 5 ਠੀਕ ਹੈ 5/5 ਕਰਕੇ 5 3 15 ਤੇ 11 5 55 ਸੋ ਘਟਾ ਦਾ ਨਿਸ਼ਾਨ ਲੱਗ ਜਾਏਗਾ ਸੋ 15/(-55) ਤੇ ਦੂਜੀ 6/6 3 6 18 ਤੇ 11 6 68 ਸੋ 18/(-68) ਕਿੰਨਾ ਸੌਖਾ ਬੱਚਿਓ ਸੋ ਤੁਸੀਂ 2 ਲੈ ਲਓ 3 ਲੈ ਲਓ 4 ਲੈ ਲਓ 11 ਲੈ ਲਓ 10 ਲੈ ਲਓ ਸੌਖੀ ਸੰਖਿਆਵਾਂ ਕੋਈ ਵੀ ਲੈ ਕੇ ਗੁਣਾ ਕਰਕੇ ਤੁਲ ਸੰਖਿਆ ਪ੍ਰਾਪਤ ਕਰ ਸਕਦੇ ਹੋ ਹੁਣ ਦੂਜਾ ਸਵਾਲ। ਹੇਠ ਲਿਖੀਆਂ ਪਰਿਮੇਯ ਸੰਖਿਆਵਾਂ ਦਾ ਮਿਆਰੀ ਰੂਪ ਪਤਾ ਕਰੋ। ਹੁਣ ਬੱਚਿਓ ਇਹ ਸਵਾਲ ਉਲਟ ਹੈਗਾ। ਹੁਣ ਜਿਹੜੀਆਂ ਇਹ ਸੰਖਿਆਵਾਂ ਨੇ ਇਹ ਕਿਸਮ ਦੀਆਂ ਪਰਿਮੇਯ ਸੰਖਿਆਵਾਂ ਦੀਆਂ ਤੁਲ ਸੰਖਿਆਵਾਂ ਨੇ ਵੱਡੀਆਂ ਨੇ। ਤੇ ਉਹ ਚ ਅਸੀਂ ਗੁਣਾ ਕੀਤਾ ਸੀ ਨਾ ਪਹਿਲੇ ਸਵਾਲ ਦੇ ਵਿੱਚ। ਗੁਣਾ ਕਰਕੇ ਸੰਖਿਆਵਾਂ ਨੂੰ ਵੱਡਾ-ਵੱਡਾ ਕਰ ਦਿੱਤਾ ਦੇਖਣ ਨੂੰ। ਪਰ ਮੁੱਲ ਉਹੀ ਸੀਗਾ। ਤੁਲ ਸੰਖਿਆਵਾਂ ਸੀ। ਹੁਣ ਤੁਲ ਸੰਖਿਆਵਾਂ ਤੋਂ ਮਿਆਰੀ ਰੂਪ ਜਾਣਾ ਹੈ ਕਿ ਬਿਲਕੁਲ ਥੱਲੇ ਆਣਾ ਹੈ ਜਿੱਥੇ ਕੁਝ ਕੱਟਿਆ ਨਾ ਜਾ ਸਕੇ। ਤੋੜਾ ਵੀ ਤਰੀਕਾ ਹੁੰਦਾ ਵਿੱਚ ਦੋਨੋਂ ਸੰਖਿਆਵਾਂ ਅੰਸ਼ੋਰ ਹਰ ਦਾ ਲੈਣਾ ਹੈ ਲਘੁਤਮ ਸੌਰੀ ਮਹੱਤਮ ਲੈਣਾ ਹੈ ਐਚ ਸੀ ਐਫ ਕੱਢਣਾ ਸੋ ਇੱਥੇ ਐਚ ਸੀ ਐਫ ਮੈਂ ਤੁਹਾਨੂੰ ਕੱਢ ਕੇ ਦੱਸ ਦਿੱਤਾ ਹੈ ਐਚ ਸੀ ਐਫ ਦੇ ਸਵਾਲ ਕੱਢਨੇ ਅਸੀਂ ਸਾਰੇ ਵਿੱਚ 6ਵੀਂ ਜਮਾਤ ਵਿੱਚ ਸਿੱਖ ਚੁੱਕੇ ਹਾਂ ਤੇ ਮੈਨੂੰ ਲੱਗਦਾ ਪਹਿਲੀ ਜਿਹੜੇ ਲੈਸਨ ਪਾਰਟ ਅਸੀਂ ਕੀਤੇ ਨੇ ਉਹਨਾਂ ਚ ਵੀ ਮੈਂ ਤੁਹਾਨੂੰ ਸਮਝਾਇਆ ਤੇ ਜੇ ਜ਼ਿਆਦਾ ਗੱਲ ਆ ਗਈ ਹੈ ਤੇ ਇੱਕ ਪਲੇਲਿਸਟ ਹੈਗੀ ਹੈ ਆਪਣੇ ਮੇਰੇ ਚੈਨਲ ਦੇ ਉੱਤੇ ਉਹਦਾ ਨਾਮ ਹੈ ਗਣਿਤ ਦੇ ਸਿਧਾਂਤ ਤੇ ਉਹਦੇ ਵਿੱਚ ਮੈਂ ਐਚ ਸੀ ਐਫ ਜਿਹੜਾ ਹੈ ਕਿੱਦਾਂ ਕਰੀਦਾ ਹੈ ਵੱਖ-ਵੱਖ ਤਰੀਕਿਆਂ ਨਾਲ ਉਹ ਮੈਂ ਕਰਕੇ ਵੱਖਰਾ ਕਰਕੇ ਤੁਹਾਨੂੰ ਦੱਸਿਆ ਹੈ ਤੇ ਤੁਸੀਂ ਉਹ ਵੀਡੀਓ ਦੇਖ ਕੇ ਮਹੱਤਮ ਦੀ ਮੁਹਾਰਤ ਜਿਹੜੀ ਹੈ ਉਹ ਹਾਸਲ ਕਰ ਸਕਦੇ ਹੋ ਠੀਕ ਹੈ ਸੋ 35 ਅਤੇ 49 ਦਾ 35 ਅਤੇ 49 ਦਾ ਇੱਥੇ ਬੱਚੋ 47 ਨਹੀਂ ਹੋਣੀ ਚਾਹੀਦਾ ਹੈ ਗਲਤੀ ਨਾਲ ਟਾਈਪ ਹੋ ਗਿਆ ਸੋ ਇਹ 9 ਹੈਗਾ ਠੀਕ ਹੈ ਇਹ ਨੂੰ 9 ਕਰ ਦਿਓ ਠੀਕ ਹੈ ਸੋ 35 ਅਤੇ 49 ਦੇ ਕੋਲੋਂ 59 ਵੱਡੀ ਸੰਖਿਆ ਨੂੰ ਛੋਟੀ ਨਾਲ ਭਾਗ ਕਰੀ ਗਏ ਕਰੀ ਗਏ ਕਰੀ ਗਏ ਜਦੋਂ ਥੱਲੇ ਆਪਣਾ ਬਾਕੀ ਸਿਫਰ ਹੋ ਜਾਏਗਾ ਤੇ ਜਿਹੜਾ ਆਖਰੀ ਜਿਹੜਾ ਭਾਜਕ ਹੈਗਾ ਉਹ ਹੁੰਦਾ ਹੈ ਇਹਦਾ ਹੁਣ ਮੈਨੂੰ ਲਾਲ ਰੰਗ ਕਰ ਦਿੱਤਾ ਉਹ ਹੋਏਗਾ ਇਹਦਾ ਲਘੁਤ ਮਾਤਮ ਹੋਏਗਾ ਸੋ 35 ਅਤੇ 47 ਦਾ ਮਾਤਮ 7 ਹੈਗਾ ਹੁਣ ਜਿਹੜਾ ਮਾਤਮ ਆਏ ਉਹਦੇ ਨਾਲ ਅੰਸ਼ ਨੂੰ ਵੀ ਭਾਗ ਕਰਨਾ ਹੈ ਤੇ ਹਰ ਨੂੰ ਵੀ ਭਾਗ ਕਰਨਾ ਸੋ 35 ਵਟਾ 7 49 ਭਾਗ 7 ਸੋ 35 ਨੂੰ 7 ਨਾਲ ਭਾਗ ਕੀਤਾ 7 5 35 ਤੇ 49 ਨੂੰ ਭਾਗ ਕੀਤਾ 7749 ਹੁਣ ਬੱਚਾ ਆ ਗਿਆ ਮਿਆਰੀ ਰੂਪ ਹੁਣ ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਦਾ ਇਹ ਦੇਖੋ 7 ਨਾਲ ਹੈ ਨਾ 7 ਨਾਲ ਭਾਗੀ ਤਾਂ ਹੁਣ ਮੈਂ 7 ਨਾਲ ਗੁਣਾ ਕਰਦਾ 7 ਤੇ 7 75 35 ਉਹੀ ਆ ਗਿਆ 7749 ਅਰਥਾਤ ਤੁਲ ਸੰਖਿਆ ਵਿੱਚ ਅਸੀਂ ਸੰਖਿਆ ਨਾਲ ਭਾਗ ਕਰਦੇ ਹਾਂ ਤੇ ਜੇ ਉਸੇ ਸੰ ਉਸ ਤੁਲ ਸੰਖੇ ਤੁਲ ਸੰਖਿਆ ਜਿਹੜੀ ਮਿਆਰੀ ਸੰਖਿਆ ਹੈ ਉਹਨੂੰ ਤੁਲ ਸੰਖਿਆ ਪ੍ਰਾਪਤ ਕਰਨ ਲਈ ਅਸੀਂ ਕਿਸੇ ਸੰਖਿਆ ਦੇ ਨਾਲ ਪ੍ਰਾਕ੍ਰਿਤਿਕ ਸੰਖਿਆ ਨਾਲ ਇਹ ਸੰਪੂਰਨ ਸੰਖਿਆ ਨੂੰ ਇਹ ਭਾਗ ਕਰਦੇ ਆ ਗੁਣਾ ਕਰਦੇ ਆ ਠੀਕ ਹੈ ਤੇ ਜਦੋਂ ਉਹਦੇ ਤੁਲ ਸੰਖਿਆ ਨੂੰ ਅਸੀਂ ਮਿਆਰੀ ਰੂਪ प्राप्त ਕਰਨਾ ਹੋਵੇ ਤੇ ਫਿਰ ਅਸੀਂ ਉਹ ਜਿਹੜੀ ਸੰਖਿਆ ਹੈ ਉਹਦੇ ਨਾਲ ਭਾਗ ਕਰਦੇ ਆ ਪਰ ਉਹ ਸੰਖਿਆ ਕਿੱਦਾਂ ਪ੍ਰਾਪਤ ਕਰੀ ਦੀਏ ਉਹਨੂੰ ਕਿਹਾ ਜਾਂਦਾ ਐਸ ਸੀ ਐਫ ਤੇ ਇਹਦਾ ਵਕਤ ਅਸੀਂ ਕਰਕੇ ਰਫ ਦੇ ਵਿੱਚ ਅਸੀਂ ਐਸ ਸੀ ਐਫ ਪ੍ਰਾਪਤ ਕਰਨਾ ਹੈ ਕਿ ਫਿਰ ਐਸ ਸੀ ਐਫ ਦੇ ਨਾਲ ਅੰਸ਼ਰ ਹਰ ਨੂੰ ਭਾਗ ਕਰਨਾ ਹੈ ਸੋ ਇਹ ਸਾਡਾ ਮਿਆਰੀ ਰੂਪ ਆ ਗਿਆ ਸੋ 35/49 ਦਾ ਮਿਆਰੀ ਰੂਪ 5/7 ਹੈ ਸੋ ਬੱਚੇ ਬੜਾ ਮਹੱਤਵਪੂਰਨ ਸਵਾਲ ਹੈ ਇਹਨੇ ਇਹਨਾਂ ਦਾ ਤੁਸੀਂ ਚੰਗੀ ਤਰ੍ਹਾਂ ਅਭਿਆਸ ਕਰ ਲੈਣਾ ਹੈ ਇਹ ਅੱਗੇ ਜਾ ਕੇ ਵੀ ਵੱਡੀਆਂ ਕਲਾਸਾਂ 'ਚ ਤੁਹਾਡੇ ਆਗਲ ਕਮ ਆਏਗੀ ਹੁਣ ਦੂਜਾ ਸਵਾਲ ਦੂਜਾ ਭਾਗ ਹੈ ਰਿਨਾਤਮਕ ਆਪਣਾ 42 ਅਤੇ 56 ਰਿਨਾਤਮਕ 42/56 ਸੋ ਚਿੰਨ ਨੂੰ ਹਟਾ ਕੇ 42 56 ਦਾ ਮਾਤਮ ਕੱਢ ਲਓ 14 ਆ ਗਿਆ 56 ਨੂੰ ਜਿੱਲੇ ਮੈਂ 42 ਨਾਲ ਭਾਗ ਕੀਤਾ ਸੋ 42 ਕੰਮ 42 ਫਿਰ 14 42 14 ਦੀ 42 ਉਹਨ ਇੱਥੇ ਕੋਈ ਬਾਕੀ ਨਹੀਂ ਰਹਿ ਗਿਆ ਸੋ ਅਖੀਰਲਾ ਭਾਜਕ ਜਿਹੜਾ ਹੈ ਉਹ ਬਣ ਜਾਏਗਾ ਮਹੱਤਮ ਜਾਂ ਐਸ ਸੀ ਐਫ ਇਸ ਲਈ ਅੰਸ਼ਕੇ ਹਰ ਦੋਵਾਂ ਨੂੰ 14 ਨਾਲ ਭਾਗ ਕਰਕੇ 42 14 56 14 ਸੋ ਚੋ 42 ਨੂੰ 14 ਨਾਲ ਭਾਗ ਕਰੋ 14 3 42 ਇਹ ਰੈਨਾਤਮਕ ਚਿੰਨ ਲੱਗ ਜਾਏਗਾ ਤੇ 56 ਨੂੰ ਭਾਗਿਤ 14 ਜੋ 56 ਸੋ ਰੈਨਾਤਮਕ 3 4 ਸੋ ਰੈਨਾਤਮਕ 42 56 ਦਾ ਮੈਰੀ ਰੂਪ ਰੈਨਾਤਮਕ 3 4 ਹੈ ਇਹ ਜਵਾਬ ਆ ਗਿਆ ਹੁਣ ਆ ਗਿਆ ਬੱਚਿਓ ਭਾਗ 3 ਜਾਂ 19 -57 ਸੋ 19 ਅਤੇ 57 ਦਾ ਮਹੱਤਮ ਐਸ ਸੀ ਐਫ ਹੈ 19 19 3 57 ਸਿੱਧਾ ਹੀ ਆ ਗਿਆ ਸੋ ਆਖਰੀ ਭਾਜਕ ਇਹੀ ਹੋ ਗਿਆ ਇਸ ਲਈ ਅੰਸ਼ ਅਤੇ ਹਰਦਵਾਂ ਨੂੰ 19 ਨਾਲ ਭਾਗ ਕਰਕੇ ਸੋ 19 19 ਤੇ 57 19 ਸੋ 19 ਇੱਕ 19 ਇੱਕ ਤੇ 57 ਇੱਕ 3 ਸੋ 19 -57 ਦਾ ਸਧਾਰੀ ਰੂਪ 1 -3 ਹੈ ਠੀਕ ਹੈ ਜੀ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਰਿਨਾਤਮਕ 12 ਰਿਨਾਤਮਕ 36 ਸੋ 12 ਅਤੇ 36 ਦਾ ਮਹੱਤਮ ਵੀ ਆ ਗਿਆ ਸਾਡਾ 12 ਇਹਦੇ ਕੋ 36 12 ਨਾਲ ਭਾਗੀ ਤਾਂ 12 ਤੇ 36 ਤੇ ਬਾਕੀ ਸਿਫਰ ਸਾਡਾ ਸਿਫਰ ਆ ਗਿਆ ਸੋ ਆਖਰੀ ਭਾਜਕ 12 ਹੈ ਸੋ ਇਹ ਸਾਡਾ ਹੋ ਗਿਆ ਮਹੱਤਮ ਹੋ ਗਿਆ ਇਸ ਲਈ ਅੰਸ਼ ਅਤੇ ਹਰ ਦੋਵਾਂ ਨੂੰ 12 ਨਾਲ ਭਾਗ ਕਰਕੇ ਰਿਨਾਤਮਕ 12 ਭਾਗ 12 ਰਿਨਾਤਮਕ 36 ਭਾਗ 12 ਠੀਕ ਹੈ ਸੋ 12 ਕੰਮ 12 1 12 ਦੇ 36 3 ਸੋ 1/3 ਸੋ ਰਿਨਾਤਮਕ 12 ਮਟਰ ਰਿਨਾਤਮਕ 36 ਦਾ ਮਿਆਰੀ ਰੂਪ 1/3 ਹੈ ਇਹ ਬੱਚੇ ਮੈਂ ਕਿਉਂ 1/3 ਹੀ ਤਾਂ ਕਿਉਂਕਿ ਰਿਨਾਤਮਕ ਚਿੰਨ ਦੇ ਨਾਲ ਰਿਨਾਤਮਕ ਚਿੰਨ ਕੱਟਿਆ ਜਾਏਗਾ ਕਿਉਂਕਿ ਜੇ ਅੰਸ਼ ਵੀ ਰਿਨਾਤਮਕ ਹੋਵੇ ਹਰ ਵੀ ਰਿਨਾਤਮਕ ਹੋਵੇ ਤੇ ਦੋਨੋਂ ਇੱਕ ਦੂਜੇ ਨੂੰ ਕੱਢ ਦਿੰਦੇ ਨੇ ਤੇ ਫਿਰ ਉਹ ਧਨਾਤਮਕ ਬਣ ਜਾਂਦੇ ਨੇ ਦੋਨੋਂ ਠੀਕ ਹੈ 1/3 ਸੋ ਇਹਦਾ ਮਿਆਰੀ ਰੂਪ 1/3 ਹੈ ਇਹ ਸਾਡਾ ਹੋ ਗਿਆ ਦੂਜਾ ਸਵਾਲ ਹੁਣ ਕਰੀਏ ਤੀਜਾ ਹੁਣ ਚਾਰ ਭਾਗ ਨੇ ਤੇ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜੇ ਜੋੜੇ ਇਹ ਦੋ ਦੋ ਪਰਿਮੇਯ ਸੰਖਿਆਵਾਂ ਆਈਆਂ ਨੇ ਕਿਹੜੇ ਜੋੜੇ ਇੱਕ ਹੀ ਪਰਿਮੇਂ સંખ્યા ਨੂੰ ਦਰਸਾਉਂਦੇ ਹਨ ਇਹਦਾ ਮਤਲਬ ਹੈ ਬੱਚਿਓ ਇਹਨਾਂ ਵਿੱਚੋਂ ਜਿਹੜੀਆਂ ਜਿਹੜੇ ਇੱਕੋ ਹੀ ਸੰਖਿਆ ਨੂੰ ਦਰਸਾਉਂਦੇ ਨੇ ਇਹਨਾਂ ਨੂੰ ਕੋਈ ਉਹਨਾਂ ਚੋਂ ਦੂਜੀ ਜਿਹੜੀ ਹੋਏਗੀ ਜਾਂ ਦੋਨੋਂ ਜਿਹੜੀਆਂ ਹੋਣਗੀਆਂ ਉਹ ਕਿਸੇ ਇੱਕ ਮਿਆਰੀ ਰੂਪ ਦੀ ਤੁਲ ਸੰਖਿਆਵਾਂ ਹੋਣਗੀਆਂ ਹੋ ਸਕਦਾ ਇੱਕ ਮਿਆਰੀ ਰੂਪ ਹੋਵੇ ਤੇ ਦੂਜੀ ਤੁਲ ਸੰਖਿਆ ਹੋਵੇ ਤੇ ਹੋ ਸਕਦਾ ਦੋਨੋਂ ਹੀ ਕਿਸੇ ਇੱਕ ਤੀਜੀ ਮਿਆਰੀ ਦੇ ਦੋਨੋਂ ਵਕਫ ਵਕ ਤੁਲ ਸੰਖਿਆਵਾਂ ਹਨ ਸੋ ਬੱਚਿਓ ਚੈੱਕ ਕਰਨਾ ਹੈ ਇਹ ਕਿਸਮ ਦਾ ਜਿਹੜਾ ਪਹਿਲਾ ਸਵਾਲ ਹੈ ਤੇ ਦੂਜਾ ਸਵਾਲ ਹੈ ਉਹਦਾ ਰਲਵਾਂ ਰੂਪ ਹੈਗਾ ਉਹੀ ਉਹੀ ਸਿਧਾਂਤ ਚੱਲਦਾ ਪਿਆ ਹੁਣ ਅਸੀਂ ਇਹ ਦੋ ਦੋ ਹੋ ਗਈਆਂ ਕਿਸਮੀਆਂ ਸੋ 15 25 ਸੋ 15 ਅਤੇ 25 ਦਾ ਮਾਤਮ 5 ਹੈ ਹੁਣ ਬੱਚਿਓ ਇੱਥੇ ਵੱਖਰੇ ਤੌਰ ਤੇ ਨਹੀਂ ਕੀਤਾ ਮਾਤਮ ਨਹੀਂ ਕੱਢਿਆ ਕਿਉਂਕਿ ਹੁਣ ਤੱਕ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਮਾਤਮ ਕਿੱਦਾ ਕੱਢਿਆ ਸੋ ਮਾਤਮ ਕੱਢਣਾ ਹੈ 15 ਅਤੇ 25 ਦਾ ਮਾਤਮ 5 ਹੈ ਅਤੇ 18 ਅਤੇ 30 ਦਾ ਕਿਉਂ ਦੋਏ ਦੋ ਸੰਖਿਆਵਾਂ ਨੇ ਨਾ 18 ਅਤੇ 30 ਦਾ ਮਾਤਮ 6 ਹੈ ਸੋ ਦੋਵੇਂ ਪਰਿਮੇ ਸੰਖਿਆਵਾਂ ਦੇ ਮਿਆਰੀ ਰੂਪ ਹਨ ਇੱਕ 15/25 ਵਾਲੀ ਹੈ ਠਾ 15/25 ਨੂੰ 5 ਨਾਲ ਕਰਾਂਗੇ ਮਾਤਮ ਨਾਲ ਸਵੇਰਾ ਆ ਗਿਆ ਮੈਰੀ ਨੂੰ ਰਿਨਾਤਮਕ 3/5 5*3=15 5*5=25 ਜਿਹੜੀ ਦੂਜੀ ਹੈਗੀ ਹੈ 18/30 ਇਹਦਾ ਮਾਤਮ ਆਇਆ 6 6 ਨਾਲ 6 ਨਾਲ ਪਾ ਕਰਾਂ 6*3=18 ਤੇ 6*5=30 3/ਰਿਨਾਤਮਕ 5 ਸੋ ਇਹ ਵੀ ਰਿਨਾਤਮਕ 3/5 ਇਹ 3/ਰਿਨਾਤਮਕ 5 ਨੂੰ ਮੈਂ ਰਿਨਾਤਮਕ 3/5 ਲਿਖ ਸਕਦਾ ਠੀਕ ਹੈ ਬੱਚੋ ਇਹ ਜਿਹੜਾ ਛਿੰਨਾਗਾ ਇਹਨੂੰ ਉੱਤੇ ਲਿਆਇਆ ਜਾ ਸਕਦਾ ਹੈ ਇਹ ਦੋਨੋਂ ਬਰਾਬਰ ਨੇ ਇਹਨਾਂ 'ਚ ਕੋਈ ਫਰਕ ਨਹੀਂ ਆਏਗਾ ਹੁਣ ਇਹ ਵੀ ਬੱਚੇ ਇੱਕੋ ਹੀ ਹੈ ਦੇਖੋ ਇੱਕੋ ਸੰਖਿਆ ਇਹ ਵੀ ਇੱਕੋ ਸੰਖਿਆ ਇਹਦਾ ਮਤਲਬ ਕਿ ਇਹ ਦੋਨੋਂ ਸੰਖਿਆਵਾਂ ਜਿਹੜੀਆਂ ਨੇ ਇੱਕੋ ਹੀ ਸੰਖਿਆ ਦਾ ਮਿਆਰੀ ਰੂਪ ਹਨ ਕਿਉਂਕਿ ਦੋਵੇਂ ਸੰਖਿਆਵਾਂ ਦਾ ਮਿਆਰੀ ਰੂਪ ਇੱਕੋ ਹੀ ਹੈ ਇਹ ਜੋੜਾ ਇੱਕੋ ਹੀ ਪਰਿਮੇ ਸੰਖਿਆ ਨੂੰ ਦਰਸਾਉਂਦਾ ਹੈ ਸੋ ਫਰਕ ਇੰਨਾ ਹੈ ਕਿ ਜਿਹੜੀ ਇਹ ਵਲੀ ਸੀਗੀ ਸੰਖਿਆ ਇਹ ਸਾਨੂੰ ਪ੍ਰਾਪਤ ਹੋਈਏ ਇਹਨੂੰ ਤਿੰਨ ਤਿੰਨ ਦੇ ਨਾਲ ਗੁਣਾ ਕਰਕੇ ਨਹੀਂ 5-5 ਨਾਲ ਗੁਣਾ ਕਰਕੇ ਤੇ ਇਹ ਵਾਲੀ ਸੰਖਿਆ ਇਸ ਸੰਖਿਆ ਤੋਂ ਪ੍ਰਾਪਤ ਹੋਈ 6 6 ਦੇ ਨਾਲ ਗੁਣਾ ਕਰਕੇ ਠੀਕ ਹੈ ਸੋ ਇਹ ਦੋਨੋਂ ਜੜੀਆਂ ਨੇ ਅਸਲ ਵਿੱਚ ਇਹਦੀਆਂ ਹੀ ਤੁਲ ਸੰਖਿਆਵਾਂ ਹਨ ਇਸ ਕਰਕੇ ਇਹ ਦੋਨੋਂ ਸੰਖਿਆਵਾਂ ਇੱਕੋ ਹੀ ਸੰਖਿਆ ਨੂੰ ਦਰਸਾਉਂਦੀਆਂ ਹਨ ਅੱਗੇ ਚਲੀਏ ਹੁਣ ਆ ਗਿਆ ਬੱਚਾ 2 ਅਤੇ 3 4 ਤੇ ਹੁਣ 2 ਅਤੇ 3 ਤੇ ਬੱਚੇ ਪਹਿਲਾਂ ਹੀ ਮਿਆਰੀ ਰੂਪ ਹੈ ਇਤੋਂ ਛੋਟਾ 2 ਤੇ 3 ਦਾ ਤੇ ਕੋਈ ਆਏਗਾ ਨਹੀਂ 2 ਤੇ 3 ਦਾ ਮਹੱਤਵ ਇਕ ਹੁੰਦਾ ਠੀਕ ਹੈ ਨਾ ਸੋ ਦੋਨਾ ਇੱਕ ਦੋਨੋਂ ਇੱਕ ਨਾਲ ਭਾਗ ਕਰਾਂਗੇ 2 ਆਏਗਾ ਜਿੰਨੇ ਕਿ ਨਾ ਭਾਗ ਕਰਾਂਗੇ 3 ਆਏਗਾ ਸੋ ਇਹ 2/3 ਤੇ ਪਹਿਲਾਂ ਹੀ ਮਿਆਰੀ ਰੂਪ ਹੈ 2/3 ਪਹਿਲਾਂ ਹੀ ਮਿਆਰੀ ਰੂਪ ਹੈ ਹੁਣ 4 ਔਰ 6 ਜਿਹੜਾ ਹੈ ਇਹਦਾ ਅਸੀਂ ਕੀ ਕਰਾਂਗੇ ਇਹਦਾ ਮਹੱਤਵ ਹੈਗਾ 2 ਸੋ ਜਲੇ 4 ਤੇ 6 ਦਾ ਮਤਨ 2 ਹੈਗਾ ਅਤੇ 2/3 ਪਹਿਲਾਂ ਹੀ ਮਿਆਰੀ ਰੂਪ ਹੈ ਸੋ ਰਿਣਾਤਮਕ 4/6 ਨੂੰ ਮਿਆਰੀ ਰੂਪ ਵਿੱਚ ਬਦਲਦੇ ਹੋਏ ਰਿਣਾਤਮਕ 4 ਭਾਗ 2 6 ਭਾਗ 2 ਸੋ 2 ਦੁਣੀ 4 ਰਿਣਾਤਮਕ 2 2 3 6/3 हम देखो बचो ए है दो वटा तीन इतने ऋणात्मक चिन्ह नहीं है यह है ऋणात्मक दो वटा तीन हिंसा एको नहीं इतने भी दो इतने भी दो इतने भी तीन इतने भी तीन पर फर्क ही है बचियो इतने ऋणात्मक चिन्ह है इतने ऋणात्मक चिन्ह नहीं है इतने ऋणात्मक चिन्ह नहीं है इतने हैगा सो क्योंकि दोवें इस करके दोनों एक नहीं है क्योंकि दोवें संख्याव का म्याारी रूप एक नहीं है इसलिए यह जोड़ा एको ही परिवे संख्या ਨਹੀਂ ਦਰਸਾਉਂਦਾ ਠੀਕ ਹੈ ਇਹਦਾ ਜਵਾਬ ਹੀ ਨਹੀਂ ਹੁਣ ਆ ਗਿਆ ਅਗਲਾ ਤੀਜਾ ਭਾਗ ਰਿਣਾਤਮਕ 3/4 ਤੇ ਰਿਣਾਤਮਕ 12/16 12 ਅਤੇ 16 ਦਾ ਮਹੱਤਮ 4 ਹੈ ਜੇ ਤੁਸੀਂ ਕੱਢੋਗੇ 12 16 ਨੂੰ 12 ਨਾਲ ਭਾਗ ਕਰੋਗੇ 12-12 16-12 ਕੇ 4 ਫਿਰ 4*3=12 ਆਖਰੀ ਭਾਜਕ 4 ਬਚ ਜਾਂਦਾ ਠੀਕ ਹੈ ਸੋ ਰਿਣਾਤਮਕ 3/4 ਪਹਿਲਾਂ ਹੀ ਸਹੀ ਰੂਪ 'ਚ ਹੈ ਇਹਨੂੰ ਹੋਰ ਛੋਟਾ ਨਹੀਂ ਕੀਤਾ ਜਾ ਸਕਦਾ ਠੀਕ ਹੈ ਸੋ ਰਿਨਾਤਮਕ 12/16 ਨੂੰ ਮਿਆਰੀ ਰੂਪ ਚ ਬਦਲਦੇ ਹੋਏ ਮਹਤਵਨਾਪਾ ਭਾਗ ਕਰਾਂਗੇ ਸੋ 4 ਹੈਗਾ ਸੋ ਭਾਗ 4 ਭਾਗ 4 4 3 12 ਰਿਨਾਤਮਕ 3 4 4 16 4 ਸੋ ਐਵੀ ਬੱਚਿਓ ਰਿਨਾਤਮਕ 3/4 ਐਵੀ ਰਿਨਾਤਮਕ 3/4 ਕਿਉਂਕਿ ਦੋਵੇਂ ਸੰਖਿਆਵਾਂ ਦਾ ਮਿਆਰੀ ਰੂਪ ਇੱਕੋ ਹੀ ਹੈ ਇਹ ਜੋੜਾ ਇੱਕੋ ਹੀ ਪਰੀਵੇਸ਼ ਸੰਖਿਆ ਨੂੰ ਦਰਸਾਉਂਦਾ ਹੈ ਠੀਕ ਹੈ ਬੱਚਿਓ ਸੋ ਐਵੀ ਇੱਕੋ ਹੀ ਸੰਖਿਆ ਨੂੰ ਦਰਸਾਉਂਦਾ ਹੈ ਜੋੜਾ ਅੱਗੇ ਚਲੀਏ ਐਸਡ ਆ ਗਿਆ ਆਖਰੀ ਪਾਗ ऋणात्मक 3/7 ਅਤੇ 3/7 ऋणात्मक ਹੁਣ ਬੱਚਿਓ ਇਹ ਦੇਖੋ ਦੋਨੋਂ ਪਹਿਲਾਂ ਹੀ ਮਿਆਰੀ ਰੂਪ ਚ ਨੇ ਮਨ ਲਈ ਪਰ ਹੈ ऋणात्मक 3 ਇੱਥੇ ਹੀ ऋणात्मक ਇੱਥੇ ਵੀ ऋणात्मक ਸੋ ऋणात्मक 3/7 ऋणात्मक 7 ਹੋ ਜਾਏਗਾ 3/7 ਕਿਉਂਕਿ ਬੱਚਿਓ ਜੇ ਅੰਸ਼ ਵੀ ऋणात्मक ਹੋਵੇ ਹਰ ਵੀ ऋणात्मक ਹੋਵੇ ਤੇ ऋणात्मक ऋणात्मक ਇੱਕ ਦੂਜੇ ਨੂੰ ਕੱਟ ਦਿੰਦੇ ਨੇ ਸੋ ਇਹ ਬਣ ਜਾਏਗਾ 3/7 ਤੇ ਇਹ 3/7 ਪਹਿਲਾਂ ਹੀ ਮਿਆਰੀ ਰੂਪ ਚ ਹੈ ਠੀਕ ਹੈ ਸੋ ਇਹ ਵੀ 3/7 ਤੇ 23/7 ਸੋ ਦੋਨੋਂ ਇੱਕੋ ਹੀ ਨੇ ਕਿਉਂਕਿ ਦੋਵੇਂ ਸੰਖਿਆਵਾਂ ਦਾ ਮਿਆਰੀ ਰੂਪ ਇੱਕੋ ਹੀ ਹੈ ਇਹ ਜੋੜਾ ਇੱਕੋ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦਾ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 9.1 ਦੇ ਪਹਿਲੇ ਤਿੰਨ ਸਵਾਲ ਸੋ ਤੁਸੀਂ اسی ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ